ਜੀ ਨੂੰ ਪਿਆਰੇ ਵਿਦਿਆਰਥੀਓ, 8th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰੈਮਰ ਐਂਡ ਕੰਪੋਜੀਸ਼ਨ, ਉਸ ਦਾ ਸੈਕਸ਼ਨ ਨੰਬਰ 2 ਕੰਪੋਜੀਸ਼ਨ ਪਾਰਟ 1 ਸਬ ਪਾਰਟ ਬੀ ਨੋਟਿਸ ਰਾਈਟਿੰਗ ਤੇ ਇਸ ਦੀ ਲਾਸਟ ਐਕਸਰਸਾਈਜ਼ ਨੰਬਰ 3 ਅਸੀਂ ਇਸ ਵੀਡੀਓ ਵਿੱਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਨੋਟਿਸ ਮੈਂ ਦੋ ਤਿਆਰ ਕੀਤੇ ਨੇ ਇਹਦੇ ਲਈ ਤੁਹਾਡੇ ਇਸ ਐਕਸਰਸਾਈਜ਼ ਦੇ, ਜਿਵੇਂ ਕਿ ਪਹਿਲੇ ਦੋ ਐਕਸਰਸਾਈਜ਼ ਦੇ ਕੀਤੇ ਸੀਗੇ। ਸੋ ਤੁਸੀਂ ਦੋਨਾਂ ਨੂੰ ਆਪਣੀ ਨੋਟਬੁੱਕ ਵਿੱਚ ਨੋਟ ਡਾਊਨ ਕਰ ਲਓ, ਪਰ ਬਾਅਦ ਵਿੱਚੋਂ ਇਹਨਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਇਸੇ ਚੈਨਲ ਤੇ ਪਿਆਰੇ ਵਿਦਿਆਰਥੀਓ, ਤੁਹਾਡੀ 8th ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ, ਤੁਸੀਂ ਉਹ ਵੀ ਜ਼ਰੂਰ ਦੇਖੋ। ਇੱਕ ਹੈਗੀ 8th ਇੰਗਲਿਸ਼, ਜਿਹਦੇ ਵਿੱਚ ਤੁਹਾਡੀ ਬੁੱਕ ਮਾਈ ਇੰਗਲਿਸ਼ ਕੰਪੇਨੀਅਨ ਸਾਰੀ ਸੋਲਵ ਕਰਕੇ ਪਾ ਦਿੱਤੀ ਗਈ ਹੈ। ਫਿਰ ਇੱਕ ਹੈਗੀ 8th ਸਾਇੰਸ, ਇੱਕ ਹੈਗੀ 8ਵੀਂ ਵਿਗਿਆਨ ਪੰਜਾਬੀ ਮੀਡੀਅਮ ਵਿੱਚ, ਤੇ ਇੱਕ ਹੈਗੀ 8ਵੀਂ ਗਣਿਤ ਪੰਜਾਬੀ ਮੀਡੀਅਮ ਦੇ ਵਿੱਚ, 8th ਮੈਥ ਵੀ ਹੈਗੀ ਇੰਗਲਿਸ਼ ਮੀਡੀਅਮ ਵਿੱਚ, ਤੇ ਇੱਕ ਹੈਗੀ 8th ਮੈਥ ਨੋਟਸ, ਇੱਕ ਹੈਗੀ ਮੈਥ ਕਨਸੈਪਟਸ, ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ, ਤੇ ਇੱਕ ਹੈਗੀ ਗਣਿਤ ਦੇ ਸਿਧਾਂਤ। ਸੋ ਚੈਨਲ ਤੇ ਜਾਓ, ਪਲੇਲਿਸਟਾਂ ਨੂੰ ਖੋਲ੍ਹੋ ਤੇ ਉਹਨਾਂ ਵਿੱਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ। ਆਓ ਦੇਖੀਏ ਬੱਚੋ, ਹੁਣ ਐਕਸਰਸਾਈਜ਼ 3 ਕੀ ਕਹਿੰਦੀ ਹੈ। ਕਹਿੰਦੇ ਯੂ ਆਰ ਦੀ ਇੰਚਾਰਜ ਆਫ ਦੀ ਜੂਨੀਅਰ ਹਿਊਮੈਨਿਟੀਜ਼ ਫੋਰਮ ਆਫ ਯੂਰ ਸਕੂਲ। ਦੀ ਫੋਰਮ ਇਜ਼ ਆਰਗੇਨਾਈਜ਼ਿੰਗ ਆ ਪੇਪਰ ਰੀਡਿੰਗ ਕੰਟੈਸਟ। ਡਰਾਫਟ ਆ ਨੋਟਿਸ ਇਨਵਾਈਟਿੰਗ ਦੀ ਪਾਰਟੀਸੀਪੈਂਟਸ ਟੂ ਗਿਵ ਯੂ ਦੇਅਰ ਨੇਮਸ। ਸੋ ਤੁਸੀਂ ਬੱਚੋ, ਤੁਹਾਡੇ ਸਕੂਲ 'ਚ ਜੂਨੀਅਰ ਹਿਊਮੈਨਿਟੀਜ਼ ਫੋਰਮ ਹੈਗਾ, ਜੋ ਆਰਟਸ ਗਰੁੱਪ ਹੁੰਦਾ ਬੱਚਿਆਂ ਦਾ, ਤੇ ਉਹਦੇ ਤੁਸੀਂ ਇੰਚਾਰਜ ਹੈਗੇ ਹੋ, ਤੇ ਇੱਕ ਪੇਪਰ ਰੀਡਿੰਗ ਕੰਟੈਸਟ ਜਿਸ 'ਚ ਬੱਚਿਆਂ ਨੇ ਆਪਣਾ ਕੋਈ ਇੱਕ ਵਿਸ਼ੇ ਦੇ ਉੱਤੇ ਪੇਪਰ ਤਿਆਰ ਕਰਨਾ ਹੈ, ਖੋਜ ਕਰਕੇ ਤੇ ਲਿਖ ਕੇ ਤੇ ਉਹਨੂੰ ਪੜ੍ਹਨਾ ਹੈ, ਤੇ ਉਹਦੇ 'ਤੇ ਕੰਟੈਸਟ ਹੈਗਾ, ਉਹਦਾ ਕੰਪਟੀਸ਼ਨ ਹੈ, ਤੇ ਨੋਟਿਸ ਲਿਖਣਾ ਤੁਸੀਂ, ਕਿਉਂਕਿ ਤੁਸੀਂ ਇੰਚਾਰਜ ਹੈਗੇ ਹੋ, ਤੇ ਨੋਟਿਸ ਬੋਰਡ ਤੇ ਲਗਾਉਣਾ ਹੈ ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਤੇ ਉਹ ਇਹਦੇ ਵਿੱਚ ਹਿੱਸਾ ਲੈ ਸਕਣ। ਸੋ ਕਿੱਦਾਂ ਨੋਟਿਸ ਤਿਆਰ ਕਰਨਾ ਉਹ ਦੇਖੀਏ। ਸੋ ਜਿਵੇਂ ਕਿ ਹਮੇਸ਼ਾ ਦੀ ਤਰ੍ਹਾਂ ਬੱਚਿਓ, ਇੱਕ ਰੈਕਟੈਂਗੂਲਰ ਬਾਕਸ ਬਣਾਉਣਾ ਹੈ ਜਿਹਦੇ ਵਿੱਚ ਨੋਟਿਸ ਆਏਗਾ। ਗੱਬੇ ਸੈਂਟਰ ਦੇ ਵਿੱਚ ਕੈਪੀਟਲ ਲੈਟਰ ਵਿੱਚ ਤੁਸੀਂ ਆਪਣਾ ਸਕੂਲ ਦਾ ਨਾਮ ਲਿਖ ਦੇਣਾ, ਕਿਉਂਕਿ ਸਕੂਲ ਹੈਗੀ ਹੈ। ਸੋ ਮੈਂ ਲਿਆ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੰਬੜਾ, ਠੀਕ ਹੈ। ਤੇ ਇੱਥੇ ਫਿਰ ਸੈਂਟਰ ਦੇ ਵਿੱਚ ਲਿਖਣਾ ਨੋਟਿਸ ਕੈਪੀਟਲ ਲੈਟਰ ਦੇ ਵਿੱਚ, ਖੱਬੇ ਪਾਸੇ ਤਰੀਕ ਜਿੱਦਣ ਨੋਟਿਸ ਲੱਗਦਾ ਪਿਆ, ਠੀਕ ਹੈ। ਸੋ ਮੈਂ ਨਵੰਬਰ 5, 2023 ਲੈ ਲਈ ਹੈ, ਠੀਕ ਹੈ। ਹੁਣ ਬੱਚੋ, ਇੱਥੇ ਲਿਖਣਾ ਟਾਈਟਲ, ਸਿਰਲੇਖ, ਪੇਪਰ ਰੀਡਿੰਗ ਕੰਟੈਸਟ ਹੈ। ਬਹੁਤ ਵੱਡਾ ਨਹੀਂ ਹੋਣਾ ਚਾਹੀਦਾ, ਸਿਰਫ ਮੇਨ ਮੇਨ ਪੁਆਇੰਟ ਹੋਣੇ ਚਾਹੀਦੇ ਨੇ, ਮਤਲਬ ਪੁਆਇੰਟ ਕੀ ਮੇਨ ਸ਼ਬਦਾਂ ਦਾ ਇੱਕ ਸੰਗ੍ਰਹਿ ਹੋਣਾ ਚਾਹੀਦਾ ਹੈ, 3 ਜਾਂ 4 ਸ਼ਬਦਾਂ ਜਾਂ 2 ਜਾਂ 3 ਸ਼ਬਦਾਂ ਦਾ। ਸੋ ਪੇਪਰ ਰੀਡਿੰਗ ਕੰਟੈਸਟ। ਸੋ ਇਸ ਤਰ੍ਹਾਂ ਲਿਖਾਂਗੇ, ਵੀ ਆਰ ਐਕਸਾਈਟਿਡ ਟੂ ਅਨਾਊਂਸ ਦੈਟ ਦੀ ਜੂਨੀਅਰ ਹਿਊਮੈਨਿਟੀਜ਼ ਫੋਰਮ ਇਜ਼ ਆਰਗੇਨਾਈਜ਼ਿੰਗ ਅ ਪੇਪਰ ਰੀਡਿੰਗ ਕੰਟੈਸਟ ਔਨ ਨਵੰਬਰ 13। ਇੱਥੋਂ ਧਿਆਨ ਰੱਖਣਾ, ਇੱਥੇ 5 ਤਰੀਕ ਹੈ ਅਤੇ ਕਰੀਬ 8 ਦਿਨਾਂ ਬਾਅਦ ਹੈਗਾ, ਠੀਕ ਹੈ। ਫਰੋਮ 10 AM ਟੂ 2 PM ਇਨ ਦੀ ਸਕੂਲਸ ਮੇਨ ਹਾਲ। ਸਕੂਲ ਦਾ ਮੇਨ ਹਾਲ ਹੈਗਾ, ਉਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਹੋਏਗਾ ਅਤੇ 13 ਤਰੀਕ ਨੂੰ ਹੋਏਗਾ। ਸਟੂਡੈਂਟਸ ਇੰਟਰਸਟਿਡ ਇਨ ਪਾਰਟੀਸੀਪੇਟਿੰਗ, ਜਿਹੜੇ ਵਿਦਿਆਰਥੀ ਇਹ 'ਚ ਹਿੱਸਾ ਲੈਣਾ ਰੁਚੀ ਰੱਖਦੇ ਹਨ, ਸ਼ੁੱਡ ਗਿਵ ਦੇਅਰ ਨੇਮਸ, ਉਹਨਾਂ ਨੂੰ ਨਾਂ ਆਪਣੇ ਦੇ ਦੇਣੇ ਚਾਹੀਦੇ ਨੇ, ਵਿਦ ਦੀ ਟੋਪਿਕ ਆਫ ਦੇਅਰ ਚੋਇਸ, ਨਾਲ ਜਿਹੜਾ ਟੋਪਿਕ ਉਹਨਾਂ ਨੇ ਚੁਣਿਆ, ਜੇ ਤੇ ਉਹ ਪੇਪਰ ਆਪਣਾ ਲਿਖ ਕੇ ਪੜ੍ਹਨਾ ਚਾਹੁੰਦੇ ਨੇ ਉਹ ਵੀ ਨਾਲ ਦੇਣ। ਟੂ ਦੀ ਅੰਡਰਸਾਈਂਡ, ਅੰਡਰਸਾਈਂਡ ਮੈਨੇ ਜਿੰਨੇ ਇੰਚਾਰਜ ਹੈਗਾ, SD ਦਾ ਮਤਲਬ ਸਾਈਂਡ, ਇੱਥੇ ਸਾਈਨ ਹੁੰਦੇ ਨੇ ਉਹਦੇ, ਜਿਹੜਾ ਬੰਦਾ ਨੋਟਿਸ ਲਗਾ ਰਿਹਾ ਹੁੰਦਾ, ਅਤੇ ਉਹਦਾ ਟਾਈਟਲ ਆਏਗਾ ਇੰਚਾਰਜ, ਅਤੇ ਥੱਲੇ ਆਏਗਾ ਜੂਨੀਅਰ ਹਿਊਮੈਨਿਟੀਜ਼ ਫੋਰਮ, ਉਹਦਾ ਇੰਚਾਰਜ ਹੈਗਾ, ਠੀਕ ਹੈ। ਸੋ ਟੂ ਦੀ ਅੰਡਰਸਾਈਂਡ ਵਿਦ ਇਨ ਆ ਵੀਕ, ਭਾਵ 5, 7, 12, ਠੀਕ ਹੈ, ਇੱਕ ਦਿਨ ਪਹਿਲਾਂ, ਮਤਲਬ ਕਿ 13 ਨੂੰ ਆਏਗਾ। ਸੋ 5, 7, 12 ਇੱਕ ਹਫ਼ਤੇ ਦੇ ਅੰਦਰ ਅੰਦਰ ਆਪਣੇ ਉਹ ਨਾਂ ਇੰਚਾਰਜ ਨੂੰ ਦੇ ਰਹਿਣ, ਜੋ ਕਿ ਅੰਡਰਸਾਈਂਡ ਮਤਲਬ ਕਿ ਜਿੰਨੇ ਸਾਈਨ ਇੱਥੇ ਕੀਤੇ ਹੋਏ ਨੇ, ਠੀਕ ਹੈ। ਇਹ ਤਾਂ ਬੱਚੇ ਨੋਟਿਸ ਦਾ ਇੱਕ ਰੂਪ ਹੋ ਗਿਆ।
ਹੁਣ ਇਸ ਨੂੰ ਅਸੀਂ ਇੱਕ ਹੋਰ ਢੰਗ ਨਾਲ ਵੀ ਲਿਖ ਸਕਦੇ ਹਾਂ। ਨੋਟਿਸ ਵਿੱਚ ਬਹੁਤਾ ਹੇਰਫੇਰ ਨਹੀਂ ਹੁੰਦਾ, ਪਰ ਮੈਂ ਇਸ ਕਰਕੇ ਲਿਖ ਰਿਹਾ ਤਾਂ ਕਿ ਤੁਸੀਂ ਆਪਣੀ ਢੰਗ ਨਾਲ ਵੀ ਆਪਣੀ ਕ੍ਰੀਏਟੀਵਿਟੀ ਯੂਜ਼ ਕਰੋ, ਆਪਣੀ ਕਲਪਨਾ ਯੂਜ਼ ਕਰੋ, ਤੈਅ ਨਾ ਹੋਵੇ ਕਿ ਸਾਰੇ ਵਿਦਿਆਰਥੀ ਇੱਕੋ ਨੋਟਿਸ ਨੂੰ ਰੱਟਾ ਲਾ ਕੇ ਉੱਦਾਂ ਦਾ ਲਿਖ ਦੇਣ, ਠੀਕ ਹੈ ਨਾ। ਸੋ ਕੁਛ ਵਿਦਿਆਰਥੀ ਇੱਕ ਨੋਟਿਸ ਲੈ ਲੈਣ, ਕੋਈ ਦੂਜਾ ਰੂਪ ਲੈ ਲੈਣ, ਹੈ ਨਾ। ਸੋ ਉੱਤੇ ਬਾਕੀ ਸੇਮ ਹੈਗਾ ਬੱਚੇ, ਉਸ ਤਰ੍ਹਾਂ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲਾਂਬੜਾ ਨੋਟਿਸ, ਅਤੇ ਇੱਥੇ ਆਪਣੀ ਉਹ ਨਵੰਬਰ 7, ਅਤੇ ਇੱਥੇ ਤਰੀਕ, ਅਤੇ ਇੱਦਾਂ ਮੈਂ ਇੱਦਾਂ ਕਰ ਦਿੱਤਾ, ਇੱਥੇ 7 ਕਰ ਦਿੱਤੀ ਹੈ। ਪੇਪਰ ਰੀਡਿੰਗ ਕੰਟੈਸਟ ਸੇਮ ਹੈਗਾ ਉਹਦੇ। ਇਟ ਇਜ਼ ਟੂ ਇਨਫੋਰਮ ਆਲ ਸਟੂਡੈਂਟਸ, ਭਾਵ ਸਾਰੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ, ਦੈਟ ਦੀ ਜੂਨੀਅਰ ਹਿਊਮੈਨਿਟੀਜ਼ ਫੋਰਮ ਇਜ਼ ਔਰਗਨਾਈਜ਼ਿੰਗ ਆ। ਉੱਥੇ ਕਿਹਾ ਸੀ ਵੀ ਆਰ ਐਕਸਾਈਟਿਡ ਟੂ ਅਨਾਊਂਸ, ਹੈ ਨਾ। ਇੱਥੇ ਕਹਿਤਾ ਇਟ ਇਜ਼ ਟੂ ਇਨਫੋਰਮ ਪੇਪਰ ਰੀਡਿੰਗ ਕੰਟੈਸਟ ਔਨ ਨਵੰਬਰ 13 ਫਰੋਮ 10 AM ਟੂ 2 PM ਇਨ ਦੀ ਸਕੂਲਸ ਮੇਨ ਹਾਲ। ਬਾਕੀ ਸੇਮ ਹੈਗਾ। ਸਟੂਡੈਂਟਸ ਇੰਟਰਸਟਿਡ ਇਨ ਪਾਰਟੀਸੀਪੇਟਿੰਗ ਸ਼ੁੱਡ ਗਿਵ ਦੇਅਰ ਨੇਮਸ ਐਂਡ ਦੇਅਰ ਚੋਜ਼ਨ ਟੋਪਿਕ। ਇੱਥੇ ਮੈਂ ਇੱਦਾਂ ਕਹਿ ਦਿੱਤਾ, ਉੱਥੇ ਮੈਂ ਕਿਹਾ ਸੀ ਗਿਵ ਦੇਅਰ ਨੇਮਸ ਵਿਦ ਟੋਪਿਕ ਆਫ ਦੇਅਰ ਚੋਇਸ। ਹੁਣ ਮੈਂ ਕਿਹਾ ਗਿਵ ਦੇਅਰ ਨੇਮਸ ਐਂਡ ਦੇਅਰ ਚੋਜ਼ਨ ਟੋਪਿਕ, ਭਾਵ ਚੁਣਿਆ ਹੋਇਆ ਵਿਸ਼ਾ। ਟੂ ਦੀ ਅੰਡਰਸਾਈਂਡ, ਉੱਥੇ ਮੈਂ ਕਿਹਾ ਸੀ ਵਿਦਇਨ ਵੀਕ, ਇੱਥੇ ਮੈਂ ਕਿਹਾ ਸੀ ਵਿਦਇਨ ਅ ਵੀਕ, ਇੱਥੇ ਮੈਂ ਕਿਹਾ ਬਾਏ ਨਵੰਬਰ 11, ਪਿੰਨ ਨੰਬਰ ਨਵੰਬਰ 11 ਤੱਕ ਆਪਣੇ ਨਾਂ ਅਤੇ ਆਪਣਾ ਚੁਣਿਆ ਹੋਇਆ ਵਿਸ਼ਾ। ਅੰਡਰਸਾਈਂਡ ਭਾਵ ਇੰਚਾਰਜ ਨੂੰ, ਇੰਚਾਰਜ ਕੌਣ ਹੈਗਾ, ਜੂਨੀਅਰ ਹਿਊਮੈਨਿਟੀਜ਼ ਫੋਰਮ, ਉਹਨੂੰ ਤੁਸੀਂ ਆਪਣੇ ਨਾਂ ਅਤੇ ਚੁਣਿਆ ਟੋਪਿਕ ਦੇ ਦਿਓ। ਸੋ ਇਸ ਤਰ੍ਹਾਂ ਬੱਚੇ ਉਹ ਨੋਟਿਸ ਤਿਆਰ ਕੀਤੇ ਜਾਂਦੇ ਨੇ। ਇਸ ਸੈਕਸ਼ਨ ਵਿੱਚ 3 ਤੁਹਾਡੇ ਐਕਸਰਸਾਈਜ਼ ਸੀਗੀਆਂ, 3 ਟੋਪਿਕ। ਪਹਿਲਾ ਇੱਕ ਲੋਸਟ ਐਂਡ ਫਾਊਂਡ ਦਾ ਸੀਗਾ, ਦੂਜਾ ਇੱਕ ਸੀਗਾ ਆਗਰਾ ਦਿੱਲੀ ਟੂਰ ਦਾ ਸੀਗਾ, ਉਹ ਮੈਂ ਅਲੱਗ ਅਲੱਗ ਪਹਿਲੇ ਵੀਡੀਓ 2 ਬਣਾ ਦਿੱਤੇ ਨੇ, ਅਤੇ ਆਖਰੀ ਐਕਸਰਸਾਈਜ਼ ਸੀ ਤੇਰਾ ਵੀਡੀਓ ਵੀ ਮੈਂ ਬਣਾ ਦਿੱਤਾ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।